ਇੱਕ ਗੁਰੂ ਕਾ ਪਿਆਰਾ ਰੋਜ਼ ਬਾਣੀ ਪੜ੍ਹਦਾ, ਸੇਵਾ ਕਰਦਾ, ਸਿਮਰਨ ਕਰਦਾ, ਘਰੋਂ ਥੋੜ੍ਹਾ ਗਰੀਬ ਹੈ। ਬਾਣੀ ਰੋਜ਼ ਪੜ੍ਹਦਾ, ਸੇਵਾ ਰੋਜ਼ ਕਰਦਾ, ਸਿਮਰਨ ਰੋਜ਼ ਕਰਦਾ, ਘਰੋਂ ਗਰੀਬ ਹੈ, ਰੋਜ਼ ਗੁਰੂ ਘਰ ਜਾਂਦਾ, ਨੇਮ ਉਹਦਾ ਪੱਕਾ ਆਪਣੇ ਆਪ ਦੇ ਵਿੱਚ। ਅਤੇ ਇੱਕ ਦਿਨ ਘਰ ਦੇ ਨਾਲ ਉਹਦੇ ਜਿਹੜੇ ਹੋਰ ਗੁਆਂਢੀ ਰਹਿੰਦੇ ਆ ਨਾ, ਉਹ ਥੋੜ੍ਹੇ ਚੰਗੇ ਆ ਘਰੋਂ, ਅਤੇ ਉਹਨਾਂ ਦਾ ਕਾਕਾ, ਉਹਨੂੰ ਪਤਾ ਵੀ ਸਾਡਾ ਗੁਆਂਢੀ ਹੈ ਅਤੇ ਬਹੁਤੇ ਜ਼ਿਆਦਾ ਧਾਰਮਿਕ ਖਿਆਲਾਂ ਦੇ ਨਹੀਂ ਹੈ ਇਹ। ਉਹਨਾਂ ਦਾ ਕਾਕਾ ਬਹੁਤ ਸੋਹਣੇ ਸੂਟ ਬੂਟ ਪਾ ਕੇ ਤਿਆਰ ਹੋ ਕੇ ਘਰੋਂ ਨਿਕਲਦਾ, ਅੱਗੇ ਤਾਂ ਇਹਦੇ 'ਤੇ ਅਸਰ ਨਹੀਂ ਹੁੰਦਾ। ਕਹਿੰਦੇ ਇੱਕ ਦਿਨ ਗੁਰੂ ਘਰ ਜਾਣ ਲੱਗਿਆ ਅਤੇ ਇਹਦੀ ਚੱਪਲ ਟੁੱਟ ਗਈ, ਜੁੱਤੀ ਟੁੱਟ ਗਈ ਇਸ ਦੀ, ਜੁੱਤੀ ਟੁੱਟੀ। ਅਤੇ ਇਹਨੂੰ ਫਿਕਰ ਇਸ ਗੱਲ ਦੀ ਪੈ ਗਈ ਵੀ ਹੁਣ ਜੁੱਤੀ ਮੈਂ ਗੰਢਾਵਾਂ ਜਾਂ ਨਵੀਂ ਲਵਾਂ, ਅਤੇ ਨਾ ਮੇਰੇ ਕੋਲ ਗੰਢਾਉਣ ਦੇ ਪੈਸੇ ਅਤੇ ਨਵੀਂ ਲੈਣ ਦੇ ਹੋਣੇ ਹੀ ਕੀ ਆ। ਜੁੱਤੀ ਹੱਥ 'ਚ ਚੁੱਕੀ, ਤੁਰਦਾ ਤੁਰਦਾ ਇੱਕ ਪੈਰ 'ਚ ਜੁੱਤੀ, ਇੱਕ ਨੰਗਾ ਅਤੇ ਇੱਕ ਹੱਥ 'ਚ ਫੜੀ ਜੁੱਤੀ, ਅਤੇ ਬਾਹਰ ਨੂੰ ਆਇਆ ਵੀ ਸੋਚ ਹੀ ਰਿਹਾ ਵੀ ਅਜੇ ਹੁਣ ਮੈਂ ਕੀ ਕਰਾਂ ਇਸ ਦਾ। ਇਹ ਤਾਂ ਟੁੱਟ ਗਈ, ਪੈਰ ਨਿਕਲ ਗਿਆ ਮੂਹਰੋਂ, ਪਹੁੰਚਾ ਨਿਕਲ ਗਿਆ, ਉਂਗਲਾਂ ਨਿਕਲ ਗਈਆਂ, ਹੁਣ ਕਰਨਾ ਕੀ ਇਸ ਦਾ। ਇੱਦਾਂ ਸੋਚ ਹੀ ਰਿਹਾ ਕਿ ਗੁਆਂਢੀਆਂ ਦਾ ਕਾਕਾ ਜਦੋਂ ਕੋਲੋਂ ਦੀ ਲੰਘਿਆ ਸਕੂਟਰ ਮੋਟਰਸਾਈਕਲ 'ਤੇ, ਤਿਆਰ ਬਰ ਤਿਆਰ ਪੂਰਾ, ਚੰਗੇ ਉਹਨੇ ਬੂਟ ਪਾਏ, ਚੰਗੇ ਉਹਨੇ ਕੱਪੜੇ ਪਾਏ, ਉਹਨੂੰ ਵੇਖਿਆ। ਹੁਣ ਕਦੇ ਉਹਨੂੰ ਵੇਖੀ ਜਾਂਦਾ, ਕਦੇ ਆਪਣੀ ਜੁੱਤੀ ਨੂੰ ਵੇਖੀ ਜਾਂਦਾ। ਉਹ ਗੱਲ ਭੁੱਲ ਗਈ ਵੀ ਹੁਣ ਮੈਂ ਕੀ ਕਰਨਾ, ਨਵੀਂ ਗੱਲ ਸ਼ੁਰੂ ਹੋ ਗਈ ਦਿਮਾਗ 'ਚ। ਉਹਨੂੰ ਵੇਖੀ ਜਾਂਦਾ, ਆਪਣੀ ਜੁੱਤੀ ਨੂੰ ਵੇਖੀ ਜਾਂਦਾ, ਅਤੇ ਨਾਲੇ ਚਿੱਤ 'ਚ ਖਿਆਲ ਪੈਦਾ ਹੋ ਗਿਆ ਉਹ ਮੈਂ ਰੋਜ਼ ਦਾ ਨਿਤਨੇਮ ਕਰਨ ਵਾਲਾ, ਮੈਂ ਰੋਜ਼ ਦੀ ਬਾਣੀ ਪੜ੍ਹਨ ਵਾਲਾ, ਮੈਂ ਰੋਜ਼ ਦੀ ਸੇਵਾ ਕਰਨ ਵਾਲਾ, ਅਤੇ ਮੇਰੇ ਕੋਲ ਜੁੱਤੀ ਗੰਢਾਉਣ ਜੋਗੇ ਵੀ ਪੈਸੇ ਨਹੀਂ, ਆਹ ਤਾਂ ਬਾਣੀ ਪੜ੍ਹਦੇ ਕੋਈ ਨਹੀਂ, ਅਤੇ ਵੇਖ ਕਿੱਦਾਂ ਖਾ ਪਾ ਹੰਢਾ ਰਹੇ ਹੈ। ਅਤੇ ਇੱਦਾਂ ਮਨ ਵਿੱਚ ਜਿਹੜਾ ਖਿਆਲ ਸੀ ਉਹ ਬਦਲ ਕੇ ਉਲਾਮੇ ਦਾ ਆ ਗਿਆ ਵੀ ਮੈਂ ਨਾ ਹੁਣ ਚੱਲਾਂ ਅਤੇ ਹਾਂ ਹੀ ਗੁਰੂ ਘਰ। ਇੱਕ ਜੁੱਤੀ ਜਿਹੜੀ ਟੁੱਟੀ ਸੀ ਉਹ ਵੀ ਵਗਾ ਕੇ ਵਿਹੜੇ 'ਚ ਸੁੱਟੀ, ਪੈਰ ਵਾਲੀ ਵੀ ਕੱਢ ਕੇ ਲਾਹ ਕੇ ਸੁੱਟੀ, ਅਤੇ ਅੱਜ ਮਨ ਵਿੱਚ ਸ਼ੁਕਰ ਭਰ ਕੇ ਨਹੀਂ ਚੱਲਿਆ ਗੁਰੂ ਘਰ ਹੀ ਹੈ, ਅਤੇ ਮਨ 'ਚੋਂ ਲਾਮਾ ਭਰ ਕੇ ਤੁਰ ਪਿਆ ਵੀ ਮੈਂ ਨਾ ਗੁਰੂ ਨੂੰ ਜਾ ਕੇ ਲਾਮਾ ਦੇਵਾਂ। ਮਹਾਰਾਜ ਮੈਨੂੰ ਕੀ ਦਿੱਤਾ? ਉਹ ਵੇਖ ਗੁਆਂਢੀਆਂ ਦਾ ਨਿਆਣਾ, ਨਾ ਬਾਣੀ ਪੜ੍ਹੇ, ਨਾ ਸੇਵਾ ਕਰੇ, ਨਾ ਸਿਮਰਨ ਕਰੇ, ਸਾਰਾ ਕੁਝ ਉਸ ਦੇ ਕੋਲ, ਮੈਨੂੰ ਨਵੀਂ ਤਾਂ ਕੀ ਮਿਲਣੀ ਆ, ਮੈਨੂੰ ਮੇਰੇ ਕੋਲ ਤਾਂ ਗੰਢਾਉਣ ਦੇ ਵੀ ਪੈਸੇ ਹੈ ਨਹੀਂ, ਮੇਰੇ ਕੋਲ ਤਾਂ ਮੋਚੀ ਨੂੰ ਦੇਣ ਜੋਗੇ ਵੀ ਪੈਸੇ ਹੈ ਨਹੀਂ, ਅਤੇ ਮੈਂ ਸਾਰਾ ਕੁਝ ਕਰਦਾ। ਇੱਦਾਂ ਹੀ ਮਨ ਵਿੱਚ ਉਲਾਮੇ ਲੈਂਦਾ ਲੈਂਦਾ ਗੁਰੂ ਘਰ ਨੂੰ ਤੁਰਿਆ ਜਾਂਦਾ। ਅਤੇ ਮੈਂ ਅਕਸਰ ਬੇਨਤੀ ਕਰਨਾ ਹੁੰਦਾ ਜਿਨ੍ਹਾਂ ਦੇ ਗੁਰੂ ਨਾਲ ਪਿਆਰ ਸੱਚੇ ਹੁੰਦੇ ਆ ਨਾ, ਭਾਈ ਜੋਗੇ ਵਾਂਗੂ, ਗੁਰੂ ਫਿਰ ਉਹਨਾਂ ਨੂੰ ਮਾੜੀਆਂ ਪੌੜੀਆਂ ਨਹੀਂ ਚੜ੍ਹਨ ਦਿੰਦਾ। ਜਿਨ੍ਹਾਂ ਦੇ ਪਿਆਰ ਸੱਚੇ ਹੋਣ ਭਾਈ ਜੋਗੇ ਵਾਂਗੂ, ਗੁਰੂ ਨੂੰ ਭਾਵੇਂ ਆਪ ਹੰਘਾਇਆ ਰਹਿ ਕੇ ਕਿਉਂ ਨਾ ਪਹਿਰੇਦਾਰੀ ਕਰਨੀ ਪਵੇ, ਸਿਖਾ ਜੇ ਤੇਰਾ ਗੁਰੂ ਨਾਲ ਪਿਆਰ ਸੱਚਾ, ਗੁਰੂ ਤੇਰੇ ਵਾਸਤੇ ਪਹਿਰੇਦਾਰ ਵੀ ਬਣੇਗਾ। ਗੁਰੂ ਨੇ ਕਲਾ ਵਰਤਾਈ ਵੀ ਮੇਰਾ ਸਿੱਖ ਵਰਤ ਰਿਹਾ, ਖੇਡ ਰਿਹਾ ਇੱਦਾਂ। ਉਹ ਕਹਿੰਦੇ ਜਦੋਂ ਉਹ ਗੁਰੂ ਘਰ ਪਹੁੰਚਿਆ, ਦੋ ਚਾਰ ਪੌੜੀਆਂ ਚੜ੍ਹ ਕੇ ਉਹਨੂੰ ਗੁਰੂ ਘਰ ਆਉਣਾ ਪੈਂਦਾ ਸੀ। ਅੱਗੇ ਉਹ ਕੁੰਡ ਬਣਿਆ ਸੀ, ਚਰਨ ਗੰਗਾ ਕਹਿ ਲਈਏ, ਪਾਣੀ ਪੈਰ ਧੋਣ ਵਾਸਤੇ, ਆਪਾਂ ਕੁਛ ਵੀ ਕਹਿ ਲਈਏ ਗੱਲ ਸਮਝਣ ਵਾਸਤੇ। ਉੱਥੇ ਜਦੋਂ ਪਹੁੰਚਿਆ ਨਾ, ਅੱਗੇ ਵੇਖਦਾ ਇੱਕ ਬੰਦਾ, ਉਹ ਹੈਂਡੀਕੈਪ, ਉਹਦੇ ਲੱਤਾਂ ਕੰਮ ਨਹੀਂ ਕਰਦੀਆਂ, ਅਤੇ ਉਹ ਚਰਨ ਗੰਗਾ 'ਤੇ ਨਾ ਆਪਣੇ ਪੈਰ ਆਪਣੇ ਹੱਥਾਂ ਨਾਲ ਧੋ ਰਿਹਾ, ਕਿਉਂਕਿ ਉਹ ਕੰਮ ਨਹੀਂ ਕਰਦੇ ਪੈਰ ਉਹਦੇ, ਬੈਠ ਬੈਠ ਕੇ ਰੁੜ ਰੁੜ ਕੇ ਜਾ ਰਿਹਾ, ਆਪਣੇ ਉੱਥੇ ਪੈਰ ਧੋ ਰਿਹਾ। ਅਤੇ ਇੰਨੇ ਨੂੰ ਇਹ ਪਹੁੰਚਿਆ ਉੱਥੇ, ਉਹਨੂੰ ਵੇਖਦਾ, ਉਹਨੂੰ ਵੇਖ ਕੇ ਜਦੋਂ ਗਾਂਹ ਨੂੰ ਤੁਰਨ ਲੱਗਿਆ, ਕਹਿਣ ਲੱਗਾ, ਸਿੱਖਾ ਤੂੰ ਇੰਨਾ ਔਖਾ, ਇੰਨਾ ਸਰੀਰ ਕਰਕੇ ਪਰੇਸ਼ਾਨ, ਕਿੱਧਰ ਚੱਲਿਆ,
ਕੀ ਕਰਨ ਚੱਲਿਆ, ਕੀ ਕਹੇਗਾ ਜਾ ਕੇ? ਉਹ ਕਹਿਣ ਲੱਗਾ, ਸਿੱਖਾ ਗੁਰੂ ਘਰ ਆਇਆ ਤਾਂ ਗੁਰੂ ਦਾ ਸ਼ੁਕਰ ਹੀ ਕਰਾਂਗਾ ਨਾ, ਸ਼ੁਕਰ ਕਰਨ ਆਇਆ ਮੈਂ ਤਾਂ ਗੁਰੂ ਸਾਹਿਬ ਦਾ। ਅੱਜ ਕਹਿੰਦਾ ਮੇਰੀ ਜ਼ਿੰਦਗੀ 'ਚ ਇੱਦਾਂ ਦਾ ਕੁਝ ਵਾਕਿਆ ਹੋਇਆ ਅਤੇ ਅੱਜ ਮੈਂ ਔਖਾ ਤਾਂ ਬਹੁਤ ਹਾਂ ਸਰੀਰ ਕਰਕੇ, ਉਹ ਜਿਹੜਾ ਹੈਂਡੀਕੈਪਟ ਉਹ ਕਹਿੰਦਾ ਅੱਜ ਮੈਂ ਔਖਾ ਤਾਂ ਬਹੁਤ ਹਾਂ ਪਰ ਅੱਜ ਇੱਦਾਂ ਦਾ ਕੌਤਕ ਹੋ ਗਿਆ ਮੇਰੀ ਜ਼ਿੰਦਗੀ 'ਚ, ਹੁਣ ਮੈਂ ਸ਼ੁਕਰ ਕਰਨ ਵਾਸਤੇ ਆਇਆ ਗੁਰੂ ਦਾ। ਮੈਨੂੰ ਲੱਗਿਆ ਵੀ ਮੈਨੂੰ ਹੁਣੇ ਜਾਣਾ ਚਾਹੀਦਾ ਸ਼ੁਕਰ ਕਰਨ ਵਾਸਤੇ। ਉਹ ਕਹਿੰਦਾ ਪੈਰ ਤੇਰੇ ਕੋਲ ਹੈ ਨਹੀਂ, ਔਖਾ ਤੂੰ ਇੰਨਾ ਜ਼ਿਆਦਾ, ਪਰੇਸ਼ਾਨ ਤੂੰ ਇੰਨਾ ਜ਼ਿਆਦਾ, ਕੱਪੜਿਆਂ ਤੋਂ ਲੱਗਦਾ ਤੂੰ ਬਹੁਤਾ ਅਮੀਰ ਵੀ ਨਹੀਂ ਹੋਏਗਾ, ਤੂੰ ਕਿਸ ਗੱਲ ਦਾ ਸ਼ੁਕਰ ਕਰਨ ਚੱਲਾਂ, ਚੱਲ ਮੇਰੇ ਨਾਲ ਚੱਲ, ਮੈਂ ਉਲਾਮਾ ਦੇਣ ਚੱਲਾਂ। ਆਪਾਂ ਦੋਵੇਂ ਉਲਾਮਾ ਦਈਏ ਗੁਰੂ ਨੂੰ ਜਾ ਕੇ, ਮੈਂ ਵੀ ਉਲਾਮਾ ਦਿਆਂਗਾ, ਤੂੰ ਵੀ ਉਲਾਮਾ ਦਈ, ਮੈਂ ਦਿਆਂਗਾ ਉਲਾਮਾ ਆਪਣੇ, ਆਪਣਾ ਜੋ ਮਨ ਵਿੱਚ ਮੇਰੇ ਚੱਲ ਰਿਹਾ ਉਹ ਸਾਰਾ ਉਲਾਮਾ ਗੁਰੂ ਨੂੰ ਦੇਣਾ, ਤੂੰ ਵੀ ਉਲਾਮਾ ਦਈ। ਉਹ ਕਹਿੰਦਾ ਭਰਾਵਾ ਤੂੰ ਦੇ ਉਲਾਮਾ, ਮੈਂ ਤਾਂ ਸ਼ੁਕਰ ਕਰਾਂਗਾ, ਮੈਂ ਨਹੀਂ ਉਲਾਮਾ ਦੇ ਸਕਦਾ, ਮੇਰੀ ਤਾਂ ਬਿਰਤੀ ਬਦਲ ਗਈ, ਮੈਂ ਤਾਂ ਜਾ ਕੇ ਗੁਰੂ ਦਾ ਸ਼ੁਕਰ ਕਰਨਾ। ਉਹ ਕਹਿੰਦਾ ਤੂੰ ਚੰਗਾ ਇਹ ਦੱਸ ਸ਼ੁਕਰ ਕਿਸ ਗੱਲ ਦਾ ਕਰਨਾ, ਫਿਰ ਮੈਂ ਤੈਨੂੰ ਦੱਸਾਂਗਾ ਮੈਂ ਉਲਾਮਾ ਕਿਸ ਗੱਲ ਦਾ ਦੇਣ ਲੱਗਾ। ਕਹਿੰਦਾ ਮੈਂ ਅੱਜ ਆਪਣੀ ਟਰਾਈ ਸਾਈਕਲ ਦੇ ਉੱਪਰ ਚਲਾ ਕੇ ਉਹਨੂੰ ਮੈਂ ਕਿਤੋਂ ਲੰਘ ਰਿਹਾ ਸੀ, ਤੁਰਿਆ ਨਹੀਂ ਨਾ ਜਾਂਦਾ ਉਹ ਟਰਾਈ ਸਾਈਕਲ 'ਤੇ ਜਾਂਦਾ, ਕਹਿੰਦਾ ਮੈਂ ਉਹ ਟਰਾਈ ਸਾਈਕਲ ਨੂੰ ਚਲਾ ਕੇ ਕਿਤੋਂ ਲੰਘ ਰਿਹਾ ਸੀ, ਅਚਾਨਕ ਮੈਂ ਕਿੱਦਾਂ ਕਿਸੇ ਘਰ ਦੇ ਅੱਗੋਂ ਲੰਘਿਆ ਅਤੇ ਮੇਰੀ ਉਸ ਘਰ 'ਚ ਨਿਗਾਹ ਪਈ, ਉਹ ਮੰਜੇ ਦੇ ਉੱਪਰ ਇੱਕ ਬੱਚਾ ਬੈਠਾ ਸੀ ਅਤੇ ਉਹ ਬੱਚੇ ਨੂੰ ਉਹਦੀ ਮਾਂ ਜਾਂ ਕੋਈ ਹੋਰ ਬਜ਼ੁਰਗ ਔਰਤ ਹੋਏਗੀ, ਉਹ ਉਸਨੂੰ ਚਮਚੇ ਦੇ ਨਾਲ ਪ੍ਰਸ਼ਾਦਾ ਪਾਣੀ ਉਹਨੂੰ ਹੱਥ ਦੇ ਨਾਲ ਛਕਾ ਰਹੀ ਸੀ। ਕਹਿੰਦਾ ਮੈਂ ਉਹਦੀ ਹਾਲਤ ਵੇਖ ਕੇ ਪੁੱਛਿਆ ਬਿਮਾਰ ਹੈ? ਕਹਿੰਦਾ ਉਹਦੀ ਮਾਂ ਨੇ ਜਵਾਬ ਦਿੱਤਾ, ਨਹੀਂ ਪੁੱਤ ਬਿਮਾਰ ਤਾਂ ਨਹੀਂ, ਇਹਦੇ ਹੱਥ ਅਤੇ ਪੈਰ ਦੋਵੇਂ ਕੰਮ ਨਹੀਂ ਕਰਦੇ, ਮੈਨੂੰ ਸੇਵਾ ਕਰਨੀ ਪੈਂਦੀ, ਕਹਿੰਦੀ ਇਸ ਦੀ। ਕਹਿੰਦਾ ਮੇਰਾ ਤਾਂ ਅੰਦਰ ਹਿੱਲ ਗਿਆ, ਮੈਂ ਤਾਂ ਬਸ ਆਹੀ ਸ਼ੁਕਰ ਕਰਨ ਆਇਆ, ਉਹ ਰੱਬਾ ਪਰਮੇਸ਼ਰ ਜੀ ਮੈਨੂੰ ਪੈਰ ਨਹੀਂ ਦਿੱਤੇ, ਫਿਰ ਕੀ ਹੋ ਗਿਆ, ਤੂੰ ਮੈਨੂੰ ਹੱਥਾਂ ਤੋਂ ਵਾਂਝਾ ਤਾਂ ਨਹੀਂ ਨਾ ਰੱਖਿਆ, ਮੈਨੂੰ ਕਿਸੇ ਦਾ ਇੰਨਾ ਮੁਥਾਜ ਤਾਂ ਨਹੀਂ ਨਾ ਕੀਤਾ। ਕਹਿੰਦਾ ਮੈਂ ਤਾਂ ਆਹ ਸ਼ੁਕਰ। ਕਹਿੰਦਾ ਤੂੰ ਕਿਸ ਗੱਲ ਦਾ ਉਲਾਮਾ ਦੇਣ ਚੱਲਾ? ਉਹ ਵੀ ਸੁਣ ਕੇ ਵਿਰਾਗ 'ਚ ਆ ਗਿਆ। ਕਹਿੰਦਾ ਦੇਣ ਚੱਲਾ ਸੀ, ਹੁਣ ਨਹੀਂ, ਤੇਰੀ ਗੱਲ ਸੁਣ ਕੇ ਮੈਨੂੰ ਟਕਾ ਆ ਗਿਆ, ਉਹ ਰੱਬਾ ਮੈਂ ਜੁੱਤੀਆਂ ਦਾ ਹੀ ਲਾਮਾ ਲਈ ਬੈਠਾ, ਜੇ ਤੂੰ ਮੈਨੂੰ ਇਹਦੇ ਵਾਂਗੂ ਪੈਰ ਵੀ ਨਾ ਦਿੰਦਾ ਮੈਂ ਜੁੱਤੀ ਕਿੱਥੇ ਪਾਉਣੀ ਸੀ, ਮੈਂ ਕਿੱਥੇ ਜੁੱਤੀਆਂ ਪਾਉਣੀਆਂ ਸੀ ਦੱਸ, ਜੇ ਤੂੰ ਕਰ ਦਿੰਦਾ ਇੱਦਾਂ ਫਿਰ ਕੀ ਹੋਣਾ ਸੀ। ਮਹਾਰਾਜ ਕਹਿੰਦੇ ਆ ਬਾਣੀ 'ਚ, ਡਰਾਉਣ ਦੀ ਗੱਲ ਨਹੀਂ, ਮਹਾਰਾਜ ਕਹਿੰਦੇ ਏਕ ਭੀ ਨਾ ਦੇ, ਦਸ ਭੀ ਖੋਈਆਂ ਹੀ ਨੇ ਮਾਲਕ ਨੇ ਲੋਕਾਂ ਤੋਂ, ਲੱਖਾਂ ਕਰੋੜਾਂ ਤੋਂ ਖੋਈਆਂ ਨੇ, ਲੱਖਾਂ ਕਰੋੜਾਂ ਤੋਂ ਖੋਈਆਂ ਨੇ ਬਾਦਸ਼ਾਹੀਆਂ ਮਹਾਰਾਜ ਨੇ, ਆਪਾਂ ਨਹੀਂ ਕਹਿੰਦੇ, ਲੱਖਾਂ ਕਰੋੜਾਂ ਤੋਂ ਖੋਈਆਂ ਨੇ, ਜਿਹੜੇ ਹੰਕਾਰ ਕਰਦੇ ਸੀ ਨਾ ਉਹਨਾਂ ਤੋਂ ਮਹਾਰਾਜ ਨੇ ਸਾਰਿਆਂ ਤੋਂ ਬਾਦਸ਼ਾਹੀਆਂ ਵਾਪਸ ਲੈ ਲਈਆਂ। ਮੈਂ ਸੋਚਣਾ ਹੁੰਦਾ ਕਈ ਵਾਰੀ ਤਾਂ ਰੱਬ ਉਹਨਾਂ ਨੂੰ ਕਹਿੰਦਾ ਹੋਊਗਾ, ਲਿਆਓ ਇੱਧਰ ਬਾਦਸ਼ਾਹੀ, ਤੂੰ ਤਾਂ ਕਾਬਲ ਹੀ ਹੈ ਨਹੀਂ ਇਸ ਦੇ, ਤੂੰ ਲਾਇਕ ਹੀ ਹੈ ਨਹੀਂ ਇਸ ਦੇ, ਤੈਨੂੰ ਬਿਠਾਇਆ ਸੀ ਮੈਂ ਬਾਦਸ਼ਾਹ ਬਣਾ ਕੇ, ਐਡਾ ਜ਼ੁਲਮ ਕਰਦਾ ਤੂੰ, ਤੂੰ ਇਹਦੇ ਲਾਇਕ ਨਹੀਂ ਹੈ, ਲਿਆ ਮੇਰੀ ਬਾਦਸ਼ਾਹੀ ਮੈਨੂੰ ਵਾਪਸ ਫੜਾ। ਅਤੇ ਉਹਦਾ ਜ਼ੋਰ ਹੀ ਨਹੀਂ ਚੱਲਦਾ, ਸਿੱਕਾ ਹੀ ਨਹੀਂ ਚੱਲਦਾ ਮੁੜ ਕੇ, ਉਹ ਕੁਝ ਕਰ ਹੀ ਨਹੀਂ ਸਕਦਾ ਮੁੜ ਕੇ, ਲੱਖਾਂ ਤੋਂ ਬਾਦਸ਼ਾਹੀਆਂ ਲੈ ਲਈਆਂ ਅਤੇ ਏਕ ਭੀਨਾ ਦੇ ਦਸ ਭੀ ਹਰਲੇ ਤੋ ਮੂੜਾ ਕਿਛ ਕਹਾਂ ਕਰੇ। ਮਹਾਰਾਜ ਜੀ ਕਹਿੰਦੇ ਜੇ ਰੱਬ ਇੱਕ ਤਾਂ ਦੇਵੇ ਨਾ, ਜਿਹੜੀਆਂ ਪਹਿਲਾਂ ਦਸ ਦਿੱਤੀਆਂ ਨੇ ਉਹ ਵੀ ਖੋ ਲਏ, ਦੱਸ ਓਏ ਮੂਰਖਾ ਫਿਰ ਰੱਬ ਦਾ ਕੀ ਕਰ ਲਏਗਾ, ਸਾਹਮਣੋਂ ਜਵਾਬ ਆਵੇ ਮੈਂ ਕੀ ਕਰ ਸਕਦਾ ਰੱਬ ਦਾ। ਕਹਿੰਦਾ ਕਰ ਸਕਦਾ ਰੱਬ ਦਾ ਕੁਛ, ਤੂੰ ਕਰ ਸਕਦਾ ਰੱਬ ਦਾ? ਕਹਿੰਦਾ ਕੀ? ਕਹਿੰਦਾ ਦੋਵੇਂ ਹੱਥ ਜੋੜ ਕੇ ਸ਼ੁਕਰ ਕਰਿਆ ਕਰ, ਸ਼ੁਕਰ ਕਰਿਆ ਕਰ, ਮਹਾਰਾਜ ਅਕਾਲ ਪੁਰਖ ਦਾ ਸ਼ੁਕਰ ਕਰਿਆ ਕਰ, ਇਹ ਅਕਾਲ ਪੁਰਖ ਪਰਮੇਸ਼ਰ ਤੂੰ ਮੈਨੂੰ ਸਰੀਰ ਦਿੱਤਾ ਨਾ,
ਤੂੰ ਆ ਸੋਹਣਾ ਸਰੀਰ ਦੇ ਦਿੱਤਾ ਮੇਰੇ, ਮੇਰਾ ਇਹੋ ਹੀ ਸ਼ੁਕਰ ਹੈ ਤੇਰੇ ਚਰਨਾਂ ਦੇ ਵਿੱਚ ਵੀ ਇਹ ਰਾਜੀ ਹੈ ਮੇਰਾ ਸਰੀਰ। ਗੁਰੂ ਅਮਰਦਾਸ ਸਾਹਿਬ ਮਹਾਰਾਜ ਇਸੇ ਕਰਕੇ ਕਹਿੰਦੇ ਆ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਜਿਨ ਹਰ ਤੇਰਾ ਰਚਨ ਰਚਿਆ। ਸੋ ਹਰ ਮਨ ਨਾ ਵਸਾਇਆ, ਤੂੰ ਉਹਨੂੰ ਮਨ 'ਚ ਨਹੀਂ ਵਸਾਇਆ ਅਜੇ ਤੱਕ, ਤੂੰ ਕਿਰਤ ਨੂੰ ਮੱਥੇ ਟੇਕਦਾ, ਕਿਰਤ ਦੇਣ ਵਾਲੇ ਨੂੰ ਨਹੀਂ ਵਸਾਇਆ ਮਨ ਵਿੱਚ। ਤੂੰ ਦਾਤ ਪਿਆਰੀ ਹੋ ਗਈ, ਤੈਨੂੰ ਦਾਤਾ ਭੁੱਲ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੋ ਇਹ ਸਿਖਾ ਰਿਹਾ, ਦੱਸ ਰਿਹਾ, ਕਹਿੰਦੇ ਇਹ ਮਨ 'ਚ ਸੰਜਮ ਬਣਾ ਕੇ ਰੱਖਣਾ ਆਪਣੇ ਮਨ ਦੇ ਵਿੱਚ, ਇਹ ਆਪਣੇ ਮਨ ਵਿੱਚ ਸੰਜਮ ਦੇ ਵਿੱਚ ਰਹਿਣਾ ਵੀ ਮੈਂ ਕੁਝ ਵੀ ਨਹੀਂ ਹਾਂ, ਮੈਂ ਹਾਂ ਹੀ ਕੁਝ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ। ਕਹਿਣ ਲੱਗੇ ਇਹ ਇਹ ਜਦੋਂ ਰੱਖਾਂਗੇ ਨਾ ਫਿਰ ਗੱਲ ਬਣੇਗੀ, ਨਹੀਂ ਤਾਂ ਮਹਾਰਾਜ ਜੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ, ਕਹਿੰਦੇ ਜੇ ਸੰਜਮ ਨਹੀਂ ਰੱਖਣਾ ਫਿਰ ਦੋਸ਼ ਨਾ ਦਾਰੂ ਵੈਦ ਨੂੰ, ਫਿਰ ਦਾਰੂ, ਦਾਰੂ ਕਹਿੰਦੇ ਨੇ ਦਵਾਈ ਨੂੰ, ਵੈਦ ਕਹਿੰਦੇ ਨੇ ਡਾਕਟਰ ਨੂੰ, ਕਹਿੰਦੇ ਦੋਸ਼ ਨਾ ਦਾਰੂ ਵੈਦ ਨੂੰ ਵਿਣ ਸੰਜਮ ਨਿਤ ਰੋਗ ਵਧਾਉਂਦਾ। ਕਹਿੰਦੇ ਫਿਰ ਡਾਕਟਰ ਅਤੇ ਦਵਾਈ ਨੂੰ ਦੋਸ਼ ਨਾ ਦਿਓ, ਦੋਸ਼ ਆਪਣਾ ਹੈ, ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਵਰਜਨਾ।